ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ, ਮੈਂ ਤੁਹਾਡੀ ਆਪਣੀ ਗੁਰਮੀਤ ਕੌਰ, ਪੰਜਾਬੀ ਮੋਮ ਕੁਕਿੰਗ ਡੇਲੀ ਵਲੋਗ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਆਪਾਂ ਲੱਗੇ ਸੀ ਆਲੂ ਬੁਖਾਰਿਆਂ ਤੋਂ ਬਣਾਉਣ ਜੈਮ, ਘਰ ਦੇ ਵਿੱਚ ਤਿਆਰ ਕਰਨ ਲੱਗੇ ਸੀ। ਮੈਂ ਕਿਹਾ ਸਾਰੇ ਭੈਣ ਭਰਾਵਾਂ ਨੂੰ ਦੱਸਦੀ ਹਾਂ ਵੀ ਘਰ ਇਹਨਾਂ ਦਾ ਮੌਸਮ ਜਦੋਂ ਹੁੰਦਾ ਘਰ ਦੇ ਵਿੱਚ ਜਿਹੜਾ ਭੈਣ ਭਰਾਵਾਂ ਨੇ ਲਾਏ ਹੁੰਦੇ ਨੇ, ਅਤੇ ਜ਼ਰੂਰ ਤੁਸੀਂ ਬਣਾਓ ਘਰ ਦੇ ਵਿੱਚ ਆਪਣੀ ਚੀਜ਼, ਬਹੁਤ ਵਧੀਆ ਬਣਦੀ। ਬਹੁਤ ਸਾਰੀਆਂ ਚੀਜ਼ਾਂ ਆਲੂ ਬੁਖਾਰੇ ਤੋਂ ਬਣ ਕੇ ਜਿਸ ਤਰ੍ਹਾਂ ਤਿਆਰ ਹੁੰਦੀਆਂ ਨੇ, ਇਹ ਮੈਡੀਸਨ ਵੀ ਇੱਕ ਬਣਦੇ ਨੇ ਤੁਹਾਡੇ ਵਾਸਤੇ, ਉਹ ਵੀ ਆਪਾਂ ਜਲਦੀ ਲੈ ਕੇ ਆਵਾਂਗੇ। ਜੇ ਪੇਜ ਨੂੰ ਤੁਸੀਂ ਫਾਲੋ ਨਹੀਂ ਕੀਤਾ ਤਾਂ ਪੇਜ ਨੂੰ ਫਾਲੋ ਜ਼ਰੂਰ ਕਰ ਲਓ, ਅਤੇ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਜਲਦੀ। ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਪਲੰਬਸ ਜਿਹਨਾਂ ਨੂੰ ਆਪਾਂ ਆਲੂ ਬੁਖਾਰੇ ਕਹਿੰਦੇ ਹਾਂ, ਘਰ ਦੇ ਆਪਣੇ ਟੁੱਟੇ ਹੋਏ ਨੇ। ਦਵਾਈ ਨੂੰ ਵੀ ਆਪਾਂ ਬਾਹਰ ਸੁੱਕਣੇ ਰੱਖਣ, ਦੇਖੋ ਆਪਾਂ ਬਣਾ ਲੈਂਦੇ ਇਹਨਾਂ ਦਾ ਜੂਸ, ਅਤੇ ਨਾਲੇ ਬਣਾਉਂਦੇ ਆਪਾਂ ਇਹਨਾਂ ਦਾ ਜੈਮ। ਆਪਾਂ ਇਹਨੂੰ ਕਟਿੰਗ ਕਰ ਲੈਣਾ, ਆਪਾਂ ਸਾਰੇ ਕੱਟ ਲੈਣੇ ਨੇ। ਗਿਟਕਾਂ ਜਿਹੜੀਆਂ ਇੱਕ ਸਾਈਡ 'ਤੇ ਪਾ ਦੇਣੇ, ਕੱਟ ਕੇ ਤੁਹਾਨੂੰ ਦਿਖਾਉਂਦੀ ਹਾਂ। ਜੀ ਕੱਟ ਹੋ ਗਏ ਨੇ, ਕੁਝ ਆਪਾਂ ਪੈਨ ਦੇ ਵਿੱਚੇ ਕੱਟ ਲਏ ਨੇ, ਹੁਣ ਆਪਾਂ ਚੱਲਦੇ ਚੁੱਲ੍ਹੇ ਵੱਲ। ਅਸੀਂ ਵਿੱਚੇ ਪੈਨ ਦੇ ਕੱਟ ਲਏ ਨੇ ਕਿਉਂਕਿ ਥੋੜ੍ਹਾ ਸੌਫਟ ਜ਼ਿਆਦਾ ਸੀ, ਕਿਉਂਕਿ ਆਪਣੇ ਘਰ ਦੇ ਪਲੰਬਸ ਨੇ, ਇਸ ਕਰਕੇ ਮੈਂ ਇਹ 'ਚ ਕੱਟ ਲਏ ਨੇ। ਅਤੇ ਜਿਹੜੀ ਆਪਾਂ ਗੁੱਥੀਆਂ ਨੂੰ ਵਿੱਚ ਨੇ ਜਦੋਂ ਕੁੱਕ ਹੋ ਜਾਵੇ ਫਿਰ ਕੱਢ ਲਵਾਂਗੇ, ਅਤੇ ਦੂਜੇ ਵੀ ਆਪਾਂ ਕੱਢ ਲਈਏ। ਇਸ ਤਰ੍ਹਾਂ ਮਿਲਦੇ ਹਾਂ ਆਪਾਂ ਦੋ ਤਿੰਨ ਮਿੰਟ ਬਾਅਦ। ਦੇਖੋ ਪਾਣੀ ਜੇ ਆਪਣਾ ਸਾਰਾ ਡਰਾਈ ਹੋ, ਹੁਣ ਇੱਥੇ ਆਪਾਂ ਖੰਡ ਐਡ ਕਰ ਦਿਆਂਗੇ। ਕਲਰ ਵੇਖੋ ਕਿੰਨਾ ਸੋਹਣਾ, ਕਿੰਨਾ ਪਿਆਰਾ ਕਲਰ ਹੈ, ਘਰ ਦੀ ਚੀਜ਼ ਦਾ ਤਾਂ ਅਲੱਗ ਹੀ ਮਜ਼ਾ। ਮੈਨੂੰ ਇਹ ਚੀਜ਼ਾਂ ਬਣਾਉਣੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ। ਮੈਂ ਸਾਰਾ ਦਿਨ ਕੁਕਿੰਗ ਕਰਦੀ ਰਹਾਂ, ਕੁਕਿੰਗ ਕਰਦੀ ਰਹਾਂ, ਅਤੇ ਕੰਮ ਤਾਂ ਇਨਸਾਨ ਦਾ ਕਰਮ ਹੈ ਨਾ, ਖਾਣਾ ਪਕਾਉਣਾ, ਭਾਂਡੇ ਮਾਂਜਣੇ, ਇਹ ਤੁਹਾਡਾ ਕਰਮ ਹੈ, ਕਿਸਮਤ ਹੈ ਤੁਹਾਡੀ, ਇਹਦੇ ਨਾਲ ਹੀ ਬੰਦੇ ਦੀ ਕਿਸਮਤ ਅੱਗੇ ਵੱਧਦੀ ਹੈ, ਅੱਗੇ ਤੋਂ ਅੱਗੇ ਬੰਦਾ ਵੱਧਦਾ, ਤਰੱਕੀਆਂ ਕਰਦਾ ਹੈ। ਇਹ ਕੰਮ ਹੀ ਤੁਹਾਨੂੰ ਸਭ ਕੁਛ ਦਿੰਦਾ ਹੈ, ਇੱਕ ਹੋਬੀ ਦਿੰਦਾ ਤੁਹਾਨੂੰ, ਇਹ ਇੱਕ ਹੋਬੀ ਹੁੰਦੀ ਇਨਸਾਨ ਦੀ। ਹੁਣ ਆਪਾਂ ਇਹ ਵਾਲਾ ਕੱਪ ਜਿਹੜਾ ਐਡ ਕਰਾਂਗੇ ਖੰਡ ਦਾ ਡੇਢ ਹੋਬੀ ਕਪਾਤ ਹੈ, ਅੱਧਾ ਆਪਾਂ ਹੋਰ ਐਡ ਕਰ ਦਿੰਦੇ ਹਾਂ। ਦੇਖੋ ਜੀ ਤੁਸੀਂ ਇੱਥੇ ਮਿੱਠਾ ਘੱਟ ਵੱਧ ਤੁਸੀਂ ਕਰ ਸਕਦੇ ਹੋ ਆਪਣੇ ਹਿਸਾਬ ਨਾਲ। ਹੁਣ ਖੰਡ ਨੂੰ ਪਕਾ ਲਵਾਂਗੇ, ਕਈ ਵਾਰ ਖੱਟੇ ਵੀ ਬੜੇ ਹੁੰਦੇ ਨੇ, ਅਤੇ ਖੰਡ ਹੋਰ ਵੀ ਤੁਸੀਂ ਵਧਾ ਸਕਦੇ ਹੋ।
ਚੈੱਕ ਕਰਾਂਗੇ ਆਪਾਂ ਵੀ, ਜੇ ਥੋੜ੍ਹੀ ਖੰਡ ਲੱਗੀ ਆਪਾਂ ਨੂੰ ਘੱਟ ਐਡ ਕਰਾਂਗੇ ਵਿੱਚੋਂ, ਜੇ ਆਪਾਂ ਗੁੱਤਲੀਆਂ ਵੀ ਕੱਢਣੀਆਂ ਨੇ ਕੁੱਕ ਹੋ ਜਾਂਦੀ ਫਿਰ ਕੱਢ ਦਿੰਦੇ ਹਾਂ। ਤੁਹਾਨੂੰ ਈਜੀ ਤਰੀਕਾ ਦੱਸਿਆ ਮੈਂ ਜੈਮ ਬਣਾਉਣ ਦਾ। ਜੈਮ ਹੋ ਗਿਆ ਆਪਣਾ ਰੈਡੀ, ਹੁਣ ਆਪਾਂ ਗੈਸ ਕਰ ਦਿੰਦੇ ਹਾਂ ਬੰਦ, ਅਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਿੰਦੇ ਹਾਂ। ਫਿਰ ਆਪਾਂ ਇੱਕ ਜਾਰ ਦੇ ਵਿੱਚ ਪਾ ਕੇ ਅਤੇ ਇਹਨੂੰ ਲਵਾਂਗੇ ਰਾਤ, ਅਤੇ ਤੁਸੀਂ ਵੀ ਬਣਾਏ ਜ਼ਰੂਰ, ਬਹੁਤ ਵਧੀਆ ਬਣਿਆ। ਦੇਖੋ ਦੇਖੋ ਜੇ ਆਪਾਂ ਗੀਤਾ ਇਹ ਵਿੱਚ ਗੁੱਥੀਆਂ ਕੱਢਣੀਆਂ ਨੇ, ਮੈਂ ਕਿਹਾ ਠੰਡਾ ਹੋ ਗਿਆ ਫਿਰ ਕੱਢਾਂਗੇ ਜ਼ਰੂਰ ਹੱਥ ਉਸਾਰਨੇ। ਇਹ ਦੇਖੋ, ਇਹ ਦੇਖੋ ਜੀ ਨਜ਼ਾਰਾ ਆ ਗਿਆ, ਨਜ਼ਾਰਾ ਮੈਂ ਕਹਿੰਦੀ ਹਾਂ ਕਿਆ ਕਮਾਲ ਦਾ ਬਣਿਆ। ਆਪਾਂ ਵੀ ਪਹਿਲੀ ਵਾਰੀ ਬਣਾਇਆ ਤੁਹਾਡੇ ਵਾਸਤੇ, ਮੈਂ ਕਿਹਾ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸਿਖਾਈਏ, ਕਿਉਂਕਿ ਬਹੁਤ ਟਾਈਮ ਪਹਿਲਾਂ ਮੈਂ ਬਣਾਇਆ ਸੀ ਅਤੇ ਬੱਚਿਆਂ ਨੇ ਬੜਾ ਲਾਈਕ ਕੀਤਾ ਜੀ। ਉਹ ਕਹਿੰਦੇ ਨੇ ਛੋਟੇ ਛੋਟੇ ਸੀ ਬੱਚੇ, ਉਹ ਕਹਿੰਦੇ ਜਿਹੜਾ ਸਾਨੂੰ ਬਚਪਨ 'ਚ ਬਣਾ ਕੇ ਜੈਮ ਦਿੱਤਾ ਸੀ ਨਾ ਘਰ, ਉਹ ਬਣਾ ਸਾਰੇ ਆਪਣੇ ਯੂਟਿਊਬ ਵਾਲੇ ਭੈਣ ਭਰਾਵਾਂ ਨੂੰ ਦੱਸ। ਮੈਂ ਕਿਹਾ ਚੰਗਾ ਆਪਾਂ ਕਿਉਂ ਨਾ ਦੱਸਾਂਗੇ, ਦੱਸਾਂਗੇ ਜ਼ਰੂਰ, ਕੋਈ ਗੱਲ ਨਹੀਂ, ਲੱਗੇ ਰਹੋ ਜੁਟੇ ਰਹੋ। ਅਤੇ ਆਪਾਂ ਗੈਸ ਕਰ ਦਿੰਦੇ ਹਾਂ ਬੰਦ, ਠੰਡਾ ਹੁੰਦੀ ਕਰਦੇ ਹਾਂ ਵੇਟ। ਹੁਣ ਆਪਾਂ ਜੈਮ ਨੂੰ ਇਸ ਤਰ੍ਹਾਂ ਜਾਰ ਦੇ ਵਿੱਚ ਪਾ ਦਿਆਂਗੇ। ਦੇਖੋ ਕਿੰਨਾ ਵਧੀਆ ਬਣਿਆ, ਇਸ ਤਰ੍ਹਾਂ ਐਡ ਕਰ ਦਿਆਂਗੇ ਸਾਰੇ ਨੂੰ। ਆਪਣਾ ਚੀਜ਼ ਵਾਲਾ ਟੱਪਰ ਵੀ ਬੜਾ ਹੈਵੀ ਹੈ, ਚੱਕਿਆ ਨਹੀਂ ਜਾਂਦਾ। ਦੇਖੋ ਬਾਹਰ ਦਿੰਦਾ ਜਾਂਦਾ, ਮੈਂ ਤੁਹਾਨੂੰ ਤਾਂ ਖਾਂਦੀ ਹਾਂ। ਠੰਡਾ ਹੋ ਜੇ ਢੱਕਣ ਦੇ ਕੇ ਇਹਨੂੰ ਆਪਾਂ ਫਰਿੱਜ ਵਿੱਚ ਰੱਖਣਾ ਹੈ। ਫਰਿੱਜ ਵਿੱਚ ਆਪਾਂ ਮਹੀਨਾ ਭਰ ਵਾਸਤੇ ਇਹਨੂੰ ਰੱਖ ਸਕਦੇ ਹਾਂ, ਮਹੀਨੇ ਤੋਂ ਵੀ ਜ਼ਿਆਦਾ ਕਹਿੰਦਾ ਵੀ ਕੁੱਕ ਕੇ ਇਹ ਖਰਾਬ ਨਹੀਂ ਹੋਣ ਲੱਗਾ। ਅਤੇ ਇਹਨੂੰ ਇਸ ਤਰ੍ਹਾਂ ਢੱਕਣ ਦਿਓ, ਬੰਦ ਕਰੋ ਅਤੇ ਫਰਿੱਜ ਦੇ ਵਿੱਚ ਰੱਖ ਦਿਓ। ਜਦੋਂ ਵੀ ਤੁਸੀਂ ਖਾਣਾ ਹੈ ਤਾਂ ਉਦੋਂ ਇਹਨੂੰ ਕੱਢ ਦਿਓ ਬਾਹਰ, ਅਤੇ ਨਾਲ ਦੀ ਨਾਲ ਚੱਕ ਕੇ ਫਰਿੱਜ 'ਚ ਰੱਖ ਲਓ। ਦੇਖੋ ਜੀ ਜੈਮ ਬਣ ਕੇ ਹੋ ਗਿਆ ਰੈਡੀ, ਤੁਸੀਂ ਵੀ ਬਣਾਓ। ਇਹ ਦੇਖੋ ਕਿੰਨਾ ਸੋਹਣਾ ਜੈਲੀ ਜੈਲੀ ਬਣਿਆ ਆਪਣਾ, ਬਹੁਤ ਜ਼ਿਆਦਾ ਵਧੀਆ ਬਣਿਆ। ਇਹ ਦੇਖੋ ਕਿੰਨਾ ਸੋਹਣਾ, ਮਿੰਟਾਂ 'ਚ ਬਣਾਉਣਾ, ਕੋਈ ਜ਼ਿਆਦਾ ਗ੍ਰੇਵੀ ਵੀ ਨਹੀਂ ਹੈਗੀ। ਪਲਮਸ ਕੱਟੋ, ਧੋ ਧਾ ਕੇ ਚੰਗੀ ਤਰ੍ਹਾਂ ਉੱਪਰ ਰੱਖੋ, ਉਬਲ ਦਿਓ। ਚੂਗਣਾ ਵਿੱਚ ਵੀ ਉਹ ਰੜੀ ਪਾਣੀ ਹੁੰਦਾ ਹੈ, ਉਸ ਉੱਪਰ ਦੇ ਡਰਾਈ ਹੋ ਜਾਵੇ ਫਿਰ ਚੀਨੀ ਪਾ ਦਿਓ ਜਿੰਨੀ ਤੁਸੀਂ ਖਾਣੀ ਹੈ। ਪਰ ਇਹ ਬਹੁਤ ਵਧੀਆ ਬਣਿਆ, ਮੇਰਾ ਮੁੰਡਾ ਕਹਿੰਦਾ ਬਹੁਤ ਟੇਸਟੀ ਬਣੇ ਆ, ਉਹਨੂੰ ਚੈੱਕ ਕੀਤਾ ਕਹਿੰਦਾ ਬਹੁਤ ਜ਼ਿਆਦਾ ਟੇਸਟੀ ਬਣਿਆ ਮੰਮੀ, ਜਿੱਦਾਂ ਦਾ ਤੁਸੀਂ ਪਹਿਲਾਂ ਬਚਪਨ 'ਚ ਬਣਾਏ ਸੀ ਉੱਦਾਂ ਦਾ ਟੇਸਟ ਇਹਦਾ। ਅਤੇ ਤੁਸੀਂ ਵੀ ਬਣਾਓ, ਇੰਜੋਏ ਕਰੋ, ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ, ਜੇ ਦੱਸਿਓ ਜ਼ਰੂਰ ਮੈਨੂੰ ਕਿਹੜੇ ਦੇਸ਼ ਦੇ ਕੋਣੇ 'ਚ ਮੇਰੀ ਵੀਡੀਓ ਵਾਚ ਕਰਦੇ ਹੋ, ਅਤੇ ਮੈਂ ਤੁਹਾਡਾ ਥੈਂਕ ਯੂ ਕਰ ਸਕਾਂ।